ਸੈਨੇਟਰੀ ਦੀ ਦੁਕਾਨ ਹੈ, ਇੱਥੇ ਥੋੜ੍ਹਾ ਸਮਾਨ ਲੈਣ ਗਏ ਨੇ। ਹਾਂਜੀ ਸਤਿ ਸ਼੍ਰੀ ਅਕਾਲ, ਵੈਲਕਮ, ਕੀ ਹਾਲ ਚਾਲ, ਕਿਵੇਂ ਹੋ ਸਾਰੇ? ਠੀਕ ਠਾਕ। ਪਹਿਲਾਂ ਤਾਂ ਆਪਾਂ ਜਾ ਰਹੇ ਹਾਂ ਥੋੜ੍ਹਾ ਜਿਹਾ ਕੰਮ, ਅਤੇ ਉਸ ਤੋਂ ਬਾਅਦ ਆਪਾਂ ਨਵੇਂ ਘਰ ਦੀ ਸਫਾਈ ਕਰਾਂਗੇ ਅੱਜ, ਕਿਉਂਕਿ ਕਾਫੀ ਉੱਥੇ ਖਲਾਰਾ ਖਲੂਰਾ ਵਗੈਰਾ ਕਾਫੀ ਪਿਆ, ਅਤੇ ਹੋਰ ਹੋ ਸਕਦਾ 4-5 ਦਿਨਾਂ ਦੇ ਵਿੱਚ ਆਪਾਂ ਰਿਹਾਇਸ਼ ਕਰ ਲੈਣੀ। ਚਲੋ ਮਿਲਦੇ ਹਾਂ ਫਿਰ ਤੁਹਾਨੂੰ। ਠੀਕ ਹੈ। ਹਾਂਜੀ ਕੀ ਬਣ ਰਿਹਾ? ਇੱਧਰ ਦੇਖੋ ਬਹੁਤ ਹੀ ਖਲਾਰਾ ਪਿਆ ਹੋਇਆ ਥੱਲੇ, ਅਤੇ ਇੱਧਰ ਸਾਰੇ ਕਮਰਿਆਂ ਦੇ ਵਿੱਚ। ਅਤੇ ਅਸੀਂ ਸੋਚਿਆ ਕਿ ਚਲੋ ਅੱਜ ਸਫਾਈ ਕਰਦੇ ਹਾਂ ਚੰਗੀ ਤਰ੍ਹਾਂ, ਮਤਲਬ ਜਿਹੜਾ ਫਰਸ਼ ਆ ਧੋ ਦਿੰਦੇ ਹਾਂ ਪਾਣੀ ਦੇ ਨਾਲ, ਪਹਿਲਾਂ ਜਿਹੜਾ ਘੱਟਾ ਮਿੱਟੀ ਉਹ ਝਾੜੂ ਦੇ ਨਾਲ ਪਹਿਲਾਂ ਕੱਢਾਂਗੇ, ਸਾਫ਼ ਸਫਾਈ ਅੱਜ ਕਰਾਂਗੇ। ਇਸ ਕਰਕੇ ਅਸੀਂ ਆਏ ਹਾਂ, ਮਿਸਤਰੀ ਨਹੀਂ ਅੱਜ ਲੱਗੇ ਹੈਗੇ, ਉਹ ਛੁੱਟੀ ਕੀਤੀ ਉਹਨਾਂ ਨੇ। ਵੈਸੇ ਤਾਂ ਕੰਮ ਮੁੱਕ ਗਿਆ ਆ, ਪਲਸਤਰ ਦਾ ਤਾਂ ਖਤਮ ਹੋ ਗਿਆ ਵੈ, ਦੂਜਾ ਇਲੈਕਟ੍ਰੀਸ਼ਨ ਵਾਲਾ ਕੰਮ ਥੋੜ੍ਹਾ ਜਿਹਾ ਰਹਿ ਗਿਆ ਆ। ਧਿਆਨ ਨਾ ਕਰਿਓ ਬੰਨੀਆਂ ਨਾ ਤੋੜ ਦਿਓ ਪੌੜੀਆਂ ਦੀਆਂ। ਅੱਜ ਹੋ ਗਈ ਸਾਫ਼ ਸਫਾਈ, ਕਿਰਨ ਮਾਰਨ ਡੀ ਝਾੜੂ ਝੂੜੂ, ਮੈਂ ਸਾਰਾ ਸਮਾਨ ਚੱਕਣ ਡਿਆ, ਤੇ ਜੋ ਵੀ ਆ ਸਾਰਾ ਮਲਬਾ ਮਲਬਾ ਵਗੈਰਾ ਚੱਕ ਕੇ ਕਮਰੇ ਕਮਰੇ ਕਰ ਦਈਏ ਸਾਫ਼। ਆਏ ਲੇਟ ਹੀ ਬੜੇ ਆਏ ਹਾਂ, 2:30 ਵਜੇ ਤਾਂ ਆਏ ਇੱਥੇ, 2:30 ਵਜੇ ਅਤੇ ਪਾਣੀ ਪੂਣੀ ਲਾਇਆ ਇੱਥੇ ਲੱਗਣ ਵਾਲਾ, ਅਤੇ ਹੁਣ ਕਰ ਦਈਏ ਮਲਬਾ ਮਲਬਾ ਚੁੱਕ ਕੇ। ਆ ਸ਼ਟਰਿੰਗ ਵਾਲੇ ਨੂੰ ਕਿਹਾ ਕਹਿੰਦੇ ਲੈ ਨਹੀਂ ਅੱਜ ਆ ਸਮਾਨ ਆਪਣਾ, ਲੈ ਜਾਣਾ ਚੱਕ ਕੇ, ਅਤੇ ਆ ਕਰ ਲਈ ਫਿਰ ਥੋੜ੍ਹਾ ਕੰਮ, ਫਿਰ ਮਿਲਦੇ ਹਾਂ ਤੁਹਾਨੂੰ। ਚਾਹ ਪੀਣੀ? ਚਾਹ ਵੀ ਲੈ ਕੇ ਆਏ ਹੁਣੇ ਤਾਂ ਆਏ, ਹੁਣੇ ਚਾਹ ਪੀ ਲੈਣੀ। ਕਰੋ ਕਰੋ ਕੰਮ ਜਲਦੀ, ਇੱਧਰ ਆ ਮਿੱਟੀ ਜੀ ਪਈ ਅਤੇ ਇਹ ਸੁੱਟ ਗਏ ਪਏ ਬਾਹਰ, ਫਿਰ ਇਹ ਬਾਹਰ ਸੁੱਟ ਕੇ ਫਿਰ ਇੱਥੇ ਬਾਅਦ ਵਿੱਚ ਝਾੜੂ ਫੇਰਾਂਗੇ। ਬਹੁਤ ਜ਼ਿਆਦਾ ਗੰਦ ਪਿਆ ਹੋਇਆ ਇੱਧਰ ਵੀ ਬਾਹਰ ਵੀ। ਕੀ ਕਰਨਾ ਪੈਣਾ, ਆਇਆ ਮੇਰਾ ਵੀਰ, ਹੁਣੇ ਫੋਨ ਇਹਨੂੰ ਕੀਤਾ ਵਿਚਾਰਾ, ਉਸੇ ਵੇਲੇ ਆ ਗਿਆ। ਮਾੜੀ ਗੱਲ ਹੋਈ, ਕੀ ਕਰਨਾ, ਦਿਨਾਂ ਨੂੰ ਧੱਕੇ ਤੋੜਨਾ, ਕਿਉਂ ਕਈ ਨਾ ਤੋੜ ਲਓ, ਨਹੀਂ ਤੇ ਵਿਚਾਰੇ ਨੇ ਕੀ ਕੀਤਾ, ਰੁਮਾਲ ਹੈ ਨਹੀਂ, ਚੇਤਾ ਭੁੱਲ ਗਿਆ, ਹੋਰ ਪਾਲ ਲਿਆ ਇਹ ਫੱਟੇ ਉੱਪਰ ਲਾਉਣੇ, ਮੁੰਟੀ ਜੋ ਛੱਡੀ ਨੀ ਬਾਰੀ ਜੀ ਉਹਦੇ ਵਾਸਤੇ। ਡੈਡੀ ਕੱਲ ਭੰਦਿਆ, ਡੈਡੀ ਕਹਿੰਦਾ ਆ ਐਵੇਂ ਛਡਾ ਲਈ ਇਹਨੇ, ਆ ਛਡਾ ਲਿਆ, ਕਹਿੰਦਾ ਆ ਸੁੱਚ ਬੋਲ ਹੀ ਕਹਿੰਦਾ ਇੱਧਰ ਕੋਈ ਆਹ ਕਹਿਣ ਡੇ ਕਿ ਐਵੇਂ ਕੀ ਪਤਾ ਕੀ ਕੀਤਾ ਬੰਨਣਾ ਨੀ ਕੁਛ ਨੀ
ਕਰਮਾਂ ਚ ਹੋਊ ਤੇ ਜਾਵਾਂਗੇ। ਸਹੀ ਗੱਲ, ਸਹੀ ਗੱਲ, ਬਹਾਨੇ ਨੇ ਘੁੰਮਣਾ, ਹੋਰ ਕੀ ਚਾਹੀਦਾ। ਇੱਧਰ ਬਾਊ ਡਿਆ ਝਾੜੂ ਫਿਰਨ, ਵਧੀਆ ਰਹੀ ਆ ਨਾ ਰਹਿਣ ਦੇਣੀ ਇੱਕ ਜਗ੍ਹਾ ਵੀ। ਪਹਿਲਾਂ ਮੈਂ ਫੇਰਨ ਡੀ, ਹੁਣ ਮੇਰੀ ਡਿਊਟੀ ਲੱਗ ਗਈ ਇਹਦੇ 'ਤੇ। ਅਤੇ ਇੱਧਰ ਇਹ ਡੇ ਨੇ ਮਿੱਟੀ ਚੁੱਕਣ। ਇਹ ਕੀ ਆ, ਰੋੜੀ ਨੀ ਕੁੱਟਣੀ, ਬਾਹਰ ਕੱਢਣ ਤੇ ਕੀ ਕਹਿਣ ਡੇ? ਧੋਣਾ ਆ, ਆ ਤਾਂ ਨਿਕਲੇ ਰੇਤ ਕਿੰਨੀ ਫਸ ਜਾਣੀ ਸਾਰੀ ਇੱਥੇ। ਨਿਕਾ ਜਿਹਾ ਕਰ ਦੇਣਾ ਅੱਗੇ, ਨਿਕਾ ਜਿਹਾ ਆ ਸਰੀਆ ਵੀ ਰੱਖਣਾ ਪੈਣਾ ਸੀ ਆ ਪਿਆ। ਡੈਡੀ ਪਹਿਲਾਂ ਡੈਡੀ ਨੇ ਆਉਣਾ, ਹੁਣ ਆਏ ਨੀ। ਡੈਡੀ ਕੰਮ ਕਰਨ ਦੇ ਮਾਰੇ ਨੀ ਆਏ, ਹੁਣ ਕਿੰਨਾ ਨੇ ਮੈਨੂੰ ਡਾ ਦੇਣਾ। ਕਰਦਾ ਕਰਦਾ ਰੇਤ ਜੀ ਬੜੀ ਨਿਕਲਣ ਦੀ ਹੈ ਨਾ। ਹੁਣ ਇਹਦੀ ਵਾਰੀ ਆ ਗਈ, ਮੈਂ ਤੂੰ ਕਰ ਹੁਣ ਮੈਂ ਘੱਟਾ ਬੜਾ ਉੱਡਣ ਡਿਆ ਜੀ। ਵਾ ਹਾਂ ਇਹ ਕੋਈ ਨਹੀਂ, ਬਾਅਦ 'ਚ ਵੱਢਦੇ ਹਾਂ। ਪਹਿਲਾਂ ਮੁੰਡਾ ਮੁੰਡਾ ਭਾਅ ਜੀ ਬਾਹਰੋਂ ਚੁੱਕ ਲਈਏ, ਬਾਹਰੋਂ ਚੁੱਕ ਲਈਏ ਵੀ। ਤੁਸੀਂ ਗਲਤੀ ਕੀਤੀ, ਮੈਨੂੰ ਪ੍ਰੈਸ਼ਰ ਕਹਿੰਦੇ ਨਾ, ਉਹਨੇ ਲਾਈ ਜਾਣਾ ਸੀ ਦਾਦਾ ਦੇ ਕਿ ਨਹੀਂ। ਮਿਸਤਰੀ ਆਪਣੇ, ਮਿਸਤਰੀ ਜਿਹੜੇ ਆਪਣੇ ਲੱਗੇ, ਚਾਹ ਤਾਂ ਨਹੀਂ ਪਿਆਉਣੀ। ਕੰਮ ਖਤਮ ਕਰੋਗੇ ਸਾਰਾ ਤੇ ਫਿਰ ਚਾਹ ਮਿਲਣੀ, ਕਿਉਂਕਿ ਫਿਰ ਜਿਹੜੇ ਮਿਸਤਰੀ ਨਾ ਭੂਵੇ ਚੜ੍ਹ ਜਾਂਦੇ ਚਾਹ ਪਿਆਲਤੀ, ਉਹਨਾਂ ਨੇ ਬਹਿ ਜਾਣਾ ਬਹਾਨੇ ਨਾ। ਹਿੰਮਤ ਤੇ ਬੜੀ ਵੈਸੇ ਮਾਰਨ ਡੇ ਮਿਸਤਰੀ, ਪੈਸਾ ਵੀ ਤਾਂ ਹੀ, ਪੈਸੇ ਵੀ ਤਾਂ ਹੀ ਮਿਲਣੇ ਜੇ ਕੰਮ ਖਤਮ ਕਰੋਗੇ। ਹਾਂਜੀ ਡੈਡੀ ਜੀ ਲੱਗੇ ਨੇ ਆਉਣ, ਮੈਂ ਉਹਨਾਂ ਨੇ ਫੋਨ ਕੀਤਾ ਤੇ ਮੈਂ ਕਿਹਾ ਤਿੰਨ ਮਿਸਤਰੀ ਲੱਗੇ ਆ ਤੇ ਚਾਹ ਮੰਗਦੇ ਆ, ਤੇ ਹੁਣ ਚਾਹ ਲੈ ਕੇ ਆਉਣ ਲੱਗੇ। ਵੈਸੇ ਤਾਂ ਉਹ ਠੀਕ ਨਹੀਂ ਹੈਗੇ, ਨਾਲ ਬੇਸਣ ਮੰਗਾਇਆ, ਮਟਰ ਮੰਗਾਏ, ਵੇਖੋ ਦੋਵਾਂ 'ਚ ਕਿਹੜੀ ਚੀਜ਼ ਆਉਂਦੀ ਆ, ਕਿ ਦੋਵੇਂ ਨਹੀਂ ਆਉਂਦੀਆਂ।
ਅਸੀਂ ਚਾਹਾਂ ਤੇ ਉਹ ਕੰਡੇ ਵੇਸਣ ਭਾਵੇਂ ਆਵੇ ਨਾ ਡੈਡੀ ਤੁਹਾਡੇ ਲਈ ਵੇਸਣ ਆਉਣ ਲੱਗਾ ਚਾਹਣ ਡੈਡੀ ਭਾਵੇਂ ਆਪ ਹੀ ਨਾ ਪਹੁੰਚੇ ਇੱਥੇ ਪਰ ਉਹ ਹੈ ਮਟਰ ਨਹੀਂ ਆਏ ਜਲੇਬੀਆਂ ਖਾਣੀਆਂ ਪੈਣੀਆਂ ਪੋਲੀਆਂ ਨਹੀਂ ਆ ਸਗੋਂ ਹੋ ਗਈਆਂ ਸੋਫਟ ਵਧੀਆ ਡੈਡੀ ਦੇ ਮੂੰਹ ਨੂੰ ਕੀ ਗੱਲ ਹੀ ਅੱਜ ਠੀਕ ਨਹੀਂ ਹੈਗੀ ਸਿਹਤ ਡਰਦੀ ਅੱਜ ਜ਼ਿਆਦਾ ਡਾਊਨ ਲੱਗਦਾ ਹੈ ਨਾ ਚਲ ਜਲੇਬੀ ਖਾਓ ਠੀਕ ਹੋ ਜਾਓਗੇ ਵੀ ਮੰਮੀ ਦਾ ਵੀ ਯੋਗਦਾਨ ਪਵਾ ਦੇਣਾ ਹੁਣ ਚੁਕਾਉਂਦੇ ਮੰਮੀ ਨੇ ਇੱਕ ਅੱਧਾ ਬਾਲਟਾ ਡੈਡੀ ਤਾਂ ਚੜ੍ਹ ਕੇ ਚਾਹ ਲੈ ਕੇ ਆਈ ਉਹ ਚਲੇ ਗਏ ਤਾਂ ਸਹੀ ਗੱਲ ਲਿਆ ਮੰਮੀ ਨੂੰ ਮਸਾਲਾ ਬਣਾ ਕਾਂਡੀ ਦੇ ਉਹਨੇ ਉਹ ਕਰ ਦੇਣਾ ਬੀਬੀ ਨੀ ਡਾਇਲੋਗ ਬੀਬੀ ਮੈਂ ਸਾਰੇ ਵਿਹੜੇ 'ਚ ਛੱਟਾ ਦੇ ਦੇਣਾ ਇਹ ਮੇਰੇ ਸਾਹਮਣੇ ਸਿਲੰਡਰ ਦਾ ਰਖਾਇਆ ਜੀ ਉਹ ਜੀ ਗੀਜ਼ਰ ਲਾਉਣਾ ਆਇਆ ਦੇ ਹਾਂ ਸੁਰਾਖ ਜਿਹਾ ਆਹ ਡੈਡੀ ਕੋਲੋਂ ਮੰਗਵਾਇਆ ਜਗਾੜ ਜਿਹਾ ਗੱਡੀ ਧੋਣ ਵਾਲਾ ਇਹਦੇ ਨਾਲ ਕਿ ਫਰਸ਼ ਜਿਹੜਾ ਚੰਗੀ ਤਰ੍ਹਾਂ ਸਾਫ਼ ਹੋ ਜਾਏਗਾ ਨਾ ਆਹ ਡੈਡੀ ਕਾਂਡੀਆਂ ਬੜੀ ਪਿੰਡ ਆ ਨਹੀਂ ਲੈ ਗਏ ਸੀ ਟੁੱਟ ਗਈ ਉਹ ਤਾਂ ਕਾਂਡੀ ਆਪਣੇ ਵਾਲੀ ਤੁਸੀਂ ਉੱਥੇ ਘਰੇ ਹੈਂ ਉਹ ਘਰੇ ਪਈ ਉੱਥੇ ਟੁੱਟ ਗਈ ਨਹੀਂ ਦੋ ਫਾੜ ਹੋ ਗਏ ਤੁਸੀਂ ਘਰੇ ਖੜੀ ਨਹੀਂ ਉਹਦਾ ਨਹੀਂ ਮੈਨੂੰ ਪਤਾ ਫਿਰ ਮੈਨੂੰ ਪਤਾ ਤੁਸੀਂ ਲੈ ਗਏ ਹੋ ਤੁਸੀਂ ਮੈਨੂੰ ਪਤਾ ਨਹੀਂ ਕਿੱਦਾਂ ਬਣਦੀ ਗੱਲ ਕੋਈ ਮਾੜਾ ਮੋਟਾ ਸਾਫ਼ ਨਿਕਲਦਾ ਹੋ ਗਿਆ ਇਹਦੇ ਨਾਲ ਬਣਦੀ ਗੱਲ ਹੈ ਨਾ ਸਹੀ ਗੱਲ ਹੈ ਇਹਦੇ ਨਾਲ ਬਣਦੀ ਗੱਲ ਬਣੀ ਦੋਵੇਂ ਜਾਣੇ ਲੱਗੇ ਆ ਸਫਾਈਆਂ ਕਰਨ ਜੀਜਾ ਸਾਰਾ ਰੇਤ ਰੂਤ ਬੜੀ ਨਿਕਲਦੀ ਹਨਾ ਬੀਪੂ ਲੱਗਾ ਸਾਰਾ ਪੱਖਾ ਲਾਉਣਾ ਮੰਮੀ ਵੀ ਨਹੀਂ ਹਿੱਸਾ ਪਾਉਣ ਵਿੱਚ ਝਾੜੂ ਮੈਂ ਅੰਦਰੇ ਮੈਂ ਝਾੜੂ ਫੇਰਨਾ ਤੇ ਆਵਾਜ਼ ਬੜੀ ਆਉਣੀ ਮਸ਼ੀਨ ਦੀ ਵਿੱਚ ਕਰ ਦੋ ਸਫਾਈ ਫੋਨ ਲੱਗੂ ਲੱਡੂ ਕਰਾਰੇ ਆ ਗਈ ਲੱਡੂ ਕਰਾਰੇ ਕਾੜਾ ਖਾਣੇ ਤੇ ਹੈ
ਹੈ ਨਹੀਂ ਫਾਇਦਾ ਖਾਣ ਦਾ। ਮੰਮੀ ਵਿਚਾਰੀ ਕਹਿੰਦੀ ਚਲੋ ਮੈਂ ਵੀ ਲਾਗੋ ਥੋੜ੍ਹਾ ਬਹੁਤ ਕਰਾ ਦਾਂ। ਤੇਰੇ ਬਾਹਰ ਦੀ ਪੂਰਿਆ ਸਾਫ ਕਰਨ, ਰੇਤ ਹੀ ਬੜੀ ਤੇ ਸਫਾਈ ਇੱਥੇ ਕੀ ਕਰਨੀ, ਰੇਤ ਹੀ ਨਿਕਲੀ ਜਾਂਦੀ ਰੇਤ ਹੀ। ਸਹੀ ਗੱਲ, ਉੱਥੇ ਜਿੱਥੇ ਪਾਈਪ ਉੱਥੇ ਜ਼ਿਆਦਾ ਰੇਤ ਇਕੱਠੀ ਹੋ ਗਈ ਹਨਾ ਬਹੁਤ। ਸਾਰੇ ਰੇਤ ਇੱਥੇ ਖਿੱਲਰ ਜਾਣੀ, ਉਹਨਾਂ ਕੰਮ ਵੱਧ ਜਾਣਾ। ਰਸੋਈ ਵਿੱਚ ਅਜੇ ਕਰਨੀ ਸਫਾਈ, ਇਹ ਰਹਿੰਦੀ ਰੇਤ ਬਹੁਤ ਜ਼ਿਆਦਾ ਨਿਕਲਦੀ ਹੈ। ਸਵੇਰ ਦੇ ਲੱਗੇ ਤੇ ਟਾਈਮ 6-7 ਦਾ ਹੋ ਗਿਆ ਤਾਂ ਅਜੇ ਤੱਕ ਨਹੀਂ ਇੰਨਾ ਕੁ ਸਫਾਈ ਹੋਈ। ਚਾਹ ਵੀ ਪੀ ਲਈ ਤੇ ਤਾਂ ਵੀ ਨਹੀਂ ਇੰਨਾ ਕੁ ਕੰਮ ਹੋਣ ਡਿਆ। ਰੇਤ ਹੀ ਬਹੁਤ ਵਾ। ਡੈਡੀ ਮੰਮੀ ਹੋਣੀ ਚਲ ਗਏ ਘਰ, ਹੁਣੇ ਹਲੇ ਗਏ, ਉਹ ਵੀ ਹਿੱਸਾ ਪਾ ਗਏ ਵਿੱਚ ਥੋੜ੍ਹਾ ਥੋੜ੍ਹਾ ਕੰਮ ਕਰ ਗਏ ਆਪਣਾ ਵੀ। ਡੈਡੀ ਨੇ ਬਾਹਰ ਵਿਚਾਰੇ ਨੇ ਕਰਤਾ ਰੇਤ ਰੂਤ ਇਕੱਠੀ ਕਰਤੀ ਅਤੇ ਮੰਮੀ ਨੇ ਮਾੜਾ ਮੋਟਾ ਝਾੜੂ ਦੇ ਦਿਆ। ਪਾਣੀ ਪਾਣੀ ਬੜਾ ਰੁਕ ਜਾਂਦਾ ਇੱਧਰ ਵੀ ਕਮਰੇ 'ਚ ਅਤੇ ਇੱਧਰ ਵੀ। ਇੱਧਰ ਵੇਖੋ ਕੀ ਹਾਲ ਹੋਇਆ, ਸਵਿਮਿੰਗ ਪੂਲ ਬਣਾ ਤਾ ਇਹਨਾਂ ਨੇ। ਅੰਦਰੋਂ ਤਾਂ ਸਾਰੇ ਸਫਾਈ ਹੋ ਗਈ, ਹੁਣ ਆ ਬਾਹਰ ਬਾਹਰ ਰਹਿ ਗਈ, ਰੇਤ ਬਹੁਤ ਜ਼ਿਆਦਾ ਨਿਕਲਦੀ। ਆਹੋ ਇੱਥੇ ਬਹੁਤ ਜ਼ਿਆਦਾ ਰੇਤ ਹੋ ਗਈ, ਦੋ ਤਿੰਨ ਵਾਰਾਂ ਧੋ ਹੀ ਲਿਆ। ਰੇਤ ਧੋ ਤੇ ਸਾਰੇ ਫਰਸ਼ ਫੁਰਸ਼ ਵਗੈਰਾ ਪਾਣੀ ਮਾਰਤਾ ਕਰੀ ਨਹੀਂ, ਤੂੰ ਵੀ ਕਾਫੀ ਕਰਵਾਇਆ, ਦੀਪ ਨੇ ਕਾਫੀ ਹੱਲਾ ਮਰਵਾਇਆ। ਇੱਕ ਰਹੀ ਕਹਿੰਦਾ ਮੈਂ ਆ ਜਾਂਦਾ, ਮੈਂ ਕਿਹਾ ਚੱਲ ਆਣ ਕੇ ਯਾਰ ਕੰਮ ਕੰਮ ਕਰਾਤੇ ਥੋੜ੍ਹਾ ਬਹੁਤ, ਅਤੇ ਕਮਰੇ ਕਮਰੇ ਕਰਤੇ ਨੇ ਸਾਰੇ ਆਪਾਂ ਕਲੀਨ, ਮਿੱਟੀ ਮੁੱਟੀ ਕੱਢਤੀ ਬਾਹਰ, ਬਹੁਤ ਪਾਣੀ ਚਲਾਇਆ ਅਤੇ ਬਹੁਤ ਵੇਖੋ ਕਿੱਦਾਂ ਬਾਹਰ ਰੇਤ ਜੰਮੀ ਪਈ ਹੈ ਜੀ, ਪਰ ਵੇਖਾਂਗੇ ਸੋਰੀ ਕਰਾ ਦਾਂਗੇ। ਚੱਲੀਏ ਫਿਰ ਟਾਈਮ ਆ ਜਾਓ, ਚਲੋ ਚੱਲੀਏ ਫਿਰ। ਉਹਨੇ ਆਹ ਮੁੰਡੇ ਨੇ ਬੜਾ ਜ਼ੋਰ ਮਰਵਾਇਆ ਹੈ ਅੱਜ ਨਾ ਯਾਰ, ਪਾਣੀ ਬੜਾ ਖਲੋਦਾ ਇੱਥੇ ਯਾਰ ਬਾਹਰ। ਕਿੱਧਰ ਆ, ਇੱਥੇ ਕਰੇ ਮਿੱਟੀ ਆ, ਮਿੱਟੀ ਨਹੀਂ ਜੀ, ਇਹ ਪਾਣੀ ਖਲੋਦਾ ਵਾ ਨਾ, ਇਹ ਪਾਣੀ ਆ ਤੇ
ਮਾਲ ਹੀ ਨਹੀਂ ਸਹੀ ਪਾਇਆ ਯਾਰ। ਚਲ ਕੋਈ ਨਹੀਂ, ਚੱਲ ਮੈਂ ਜੂ ਆ ਰੇ ਤੂੰ ਜਿਹੜੇ ਸਵੇਰੇ ਕਰਦਾ ਕਰਦਾ ਚਲੋ ਆੜੀਆਂ ਇਹ ਲਾਣੀਆਂ ਵਾ ਆਹੋ ਜਿਹੜੇ ਕੰਮ ਚਾਹੀਦਾ ਜਿਹੜੇ ਲਾ ਦਾਂਗੇ ਆਪਾਂ ਆਪ ਸਾਥੋਂ ਦੇਣਾ ਪੱਟੀ ਪੁੱਟੀ ਲਾਉਣੀ ਚਿੱਟੀ ਰਹਿਣ ਦੋ ਅੱਜ ਨਹੀਂ ਲਾਉਣਾ ਕੁਛ ਲਾ ਦਾਂਗਾ ਚੱਲ ਜੀ ਭਾਈ ਸਾਹਿਬ ਤੁਸੀਂ ਯਾਰ ਆਪ ਨੂੰ ਛਡਾਏ ਇੱਥੇ ਮੇਰੇ ਸਰਗੇ ਜੀ ਮੰਨੋਂ ਤੇ ਚਾੜਨੀ ਪਈ ਉਹ ਲੱਕੜ ਦੀ ਲਾਉਣੀ ਹੈ ਉੱਤੇ ਇੱਥੇ ਫਿਟਿੰਗ ਕਰਨੀ ਹੈ ਇੱਥੇ ਥੱਲੇ ਇੱਦਾਂ ਅਜਾ ਉਹ ਛੇਕ ਮਾਰ ਕੇ ਨਹੀਂ ਉਹ ਦੂਜਾ ਅੱਜ ਕੱਲ੍ਹ ਕੈਲ ਨਹੀਂ ਚੱਲਣ ਡੀ ਉਹ ਇੱਦਾਂ ਬਲ ਉਹਦੇ ਨਾਲ ਜੋੜ ਦੇਣੇ ਇੱਦਾਂ ਕਰਕੇ ਬਸ ਲੰਬੀਆਂ ਅੱਛਾ 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 ਠੀਕ ਠੀਕ ਬਸ ਠੀਕ ਆ